ਹੁਣ ਗੱਲ ਕਰਦੇ ਹਾਂ फिल्म मस्ताने दी। यह फिल्म 1739 ईस्वी के समय में दर्शाती है जो नादर शाह ने भारत उत्ते हमला करके दिल्ली दे विच लुट ते कतलो गारत की। 18वीं सदी दे विच सैट की गई यह फिल्म सिक्की हन वो मुश्किलों के किहड़े दौर चों निकले सन। मस्ताने सिख कौम की विरासत में उजागर करती न्याय ते आज़ादी के राखिया वजों उन्होंने हकों की राखी के लिए कुर्बानियां दित्तियां सिखां ने। फिल्म तरसीम जफसर, सिमी चाहल, गुरप्रीत घुग्गी, करमजीत अनमोल मुख भूमिकावां नजर आ रहे हैं। फिल्म देख के निहंग सिंघा ने बोले सोने हाल दे जयकारे भी लगाए। उन्होंने ये कहा कि पहली बार सिनेमा दे विच उन्होंने फिल्म देखी, फिल्म देख के बहुत खुश हुए ने। बाबा बलबीर सिंह दा जिहड़ा 99 ਕਰੋੜੀ ਦਲ ਵੱਲੋਂ ਜਕਾਰਿਆਂ ਦੇ ਮਸਤਾਨੇ ਫਿਲਮ ਦੇਖ ਕੇ ਆ ਰਹੇ ਨੇ। ਗੁਰੂ ਦੀਆਂ ਲਾਡਲੀਆਂ ਫੌਜਾਂ ਸਿੰਘ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੂਰੇ ਬਾਜੇ ਗਾਜੇ ਦੇ ਨਾਲ ਆ ਜਿਹੜੇ ਸਿੰਘ ਜਿਸ ਤਰ੍ਹਾਂ ਪਹਿਲਾਂ ਗਏ ਸੀਗੇ। ਬਾਬਾ 99 ਕਰੋੜੀ ਬਾਬਾ ਬਲਬੀਰ ਸਿੰਘ ਦਾ ਜਿਹੜਾ 99 ਕਰੋੜੀ ਦਲ ਵੱਲੋਂ ਜਕਾਰਿਆਂ ਦੇ ਨਾਲ ਆ ਰਹੇ ਨੇ। ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹੀ ਲੱਗੀ। ਜ਼ਰੂਰ ਜਾਣਾਂਗੇ ਬਾਬਾ ਜੀ ਤੋਂ ਕਿੰਨੀ ਵਧੀਆ ਫਿਲਮ ਸੀ, ਕੀ ਖਾਸ ਸੀਗਾ ਬਾਬਾ ਜੀ, ਕਿੰਨੀ ਕੁ ਵਧੀਆ ਲੱਗੀ ਫਿਲਮ, ਕੀ ਖਾਸ ਸੀ। ਸਿੱਖ ਦਾ ਆਦਾ ਪੰਨਾ ਜਾਂ ਗਾਂਜੋਦਾ ਦਾ ਜੋ ਹੈ ਸੱਚ ਰੂਪ ਦਿਖਾਇਆ ਗਿਆ ਤੇ ਉਹ ਸਹੀ ਤਾਂ ਸਹੀ ਹੋਈ ਹੈ ਕਿਉਂਕਿ ਸੱਚ ਸੱਚ ਦਿਖਾਇਆ ਗਿਆ, ਸੱਚ ਪ੍ਰਗਟ ਹੋ ਵੀ ਗਿਆ ਕਿਉਂਕਿ ਐਸਾ ਪ੍ਰਗਟ ਹੋਇਆ ਕਿ ਦੁਨੀਆ ਦੇ ਵਿੱਚ ਇੱਕ ਛਾਪ ਛੱਡੂਗੀ। ਇਹ ਨੌਜਵਾਨਾਂ ਵਾਸਤੇ ਇੱਕ ਬਹੁਤ ਵੱਡੀ ਚੀਜ਼ ਹੋਏਗੀ ਵੀ ਸਮਝਾਇਆ ਗਿਆ ਅਸਲ ਸਰੂਪ ਕੀ ਹੈ ਸਾਡਾ, ਅਸੀਂ ਹਾਂ ਕੌਣ, ਅਸੀਂ ਇਸ ਸਰੂਪ ਚਾਹਾਂਗੇ, ਸਾਡੀ ਤਾਕਤ ਕਿੰਨੀ ਬਣਨੀ ਹੈ। ਇਹ ਅਰਦਾਸ ਦੀ ਸ਼ਕਤੀ ਤੇ ਸ਼ਹੀਦਾਂ ਦੀ ਸ਼ਕਤੀ ਦਿਖਾਈ ਆ। ਉਸ ਸਮੇਂ ਦਾ ਜੋ ਯੁੱਧ ਦਿਖਾਇਆ ਬੇਅੰਤ ਬਿਆੰਤ ਆਨੰਦ ਹੀ ਆਨੰਦ। ਕੀ ਲੱਗਦਾ ਸਾਡੇ ਬੱਚਿਆਂ ਨੂੰ ਨਹੀਂ ਪਤਾ ਕਿ ਨਾਦਰ ਸ਼ਾਹ ਕੌਮ ਤੇ ਜ਼ਕਰੀਆ ਖਾਨ ਕੌਮ ਤੇ ਕਿਸ ਤਰ੍ਹਾਂ ਸਾਡੇ ਸਿੱਖਾਂ ਨਾਲ ਕਿਹੜਾ ਕੋਹ ਕੇ ਮਾਰਦਾ ਸੀਗਾ। ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਜਦੋਂ ਫਿਲਮਾਂ ਬਣ ਗਈਆਂ ਤਾਂ ਬੱਚੇ ਸਾਡੇ ਜਾਗਰੂਕ ਅੱਜ ਕੱਲ੍ਹ ਮੋਬਾਈਲ ਦੇ ਨਾਲ ਡਿਜੀਟਲ ਯੁੱਗ 'ਚ ਲੱਗੇ ਹੋਏ ਨੇ, ਜਾਗਰੂਕ ਹੋਣਗੇ। ਬਿਲਕੁਲ ਬਿਲਕੁਲ ਉਹ ਜਾਗਰਤੀ ਆਉਣੀ ਜੀ, ਤੁਸੀਂ ਆਪ ਹੀ ਦੇਖਣਾ ਇਹ ਪੂਰੇ ਵਰਲਡ ਦੇ ਵਿੱਚ ਇਹ ਚੀਜ਼ ਦਾ ਇਤਿਹਾਸ ਦਾ ਨਾ ਸੱਚ ਜੋ ਦਿਖਾਇਆ ਗਿਆ ਨੌਜਵਾਨ ਹਲੂਣਾ ਹੈਗਾ ਤਾਂ ਅਸੀਂ ਆਪ ਦੱਸ ਕਰਨੇ ਵੀ ਹਾਂ ਵਾਕਈ ਕਿਉਂਕਿ ਦੇਖੋ ਹੋਰ ਚੀਜ਼ਾਂ ਵੇਖਦੇ ਆ ਉਹ ਇਫੈਕਟ ਪੈ ਰਹੇ ਨੇ, ਉਹ ਜਿਹੇ ਰੂਪ ਧਾਰੀ ਜਾਂਦੇ। ਜਦੋਂ ਅਸਲ ਸਰੂਪ ਸੱਚ ਦਰਸ਼ਨ ਕਰਨਗੇ ਨਾ ਸ਼ਹੀਦਾਂ ਦਾ ਤੇ ਫਿਰ ਤੁਸੀਂ ਆਪ ਹੀ ਦੇਖੋ ਵੀ ਇਹ ਸਰੂਪ ਸਾਰਾ ਇਹ ਅਕਾਲ ਪੁਰਖ ਵਾਲਾ ਹੀ ਬਣ ਜਾਣਾ। ਬੱਚੇ ਕੀ ਦੇਖ ਕੇ ਆਏ ਤੁਸੀਂ, ਬੜੀ ਸੋਹਣੀ ਪੱਗ ਲੱਗਦੀ ਆ, ਵਧੀਆ ਲੱਗਿਆ ਫਿਲਮ? ਹਾਂਜੀ ਬਣਨੀ ਚਾਹੀਦੀ ਇਸ ਤਰ੍ਹਾਂ ਦੀ। ਕੀ ਵਧੀਆ ਲੱਗਿਆ ਖਾਸ, ਕਿਹਦਾ ਰੋਲ ਵਧੀਆ ਲੱਗਿਆ? ਸੇਮ ਦਸਣ ਦਾ ਜਾਂ ਕਿਹਦਾ? ਸਰ ਸੇਮ ਦੇ ਸਾਰਿਆਂ ਦਾ ਹੀ ਵਧੀਆ ਸੀਗਾ। ਵਧੀਆ ਕੀ ਲੱਗਿਆ ਫਿਲਮ ਦੇ ਵਿੱਚ? ਵਧੀਆ ਲੱਗਿਆ ਕਿ ਸਿੱਖ ਇਤਿਹਾਸ ਬਾਰੇ ਦੱਸਿਆ ਗਿਆ ਵਾ। ਇਹ ਜੀ ਫਿਲਮਾਂ ਹੋਰ ਬਣਨੀ ਚਾਹੀਦੀਆਂ ਨੇ। ਪਰਿਵਾਰਾਂ ਦੇ ਨਾਲ ਆਓ, ਹਿੱਟ ਕਰਾਓ ਤਾਂ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਸਾਡੇ ਹੋਰ ਬਣਦੀਆਂ ਰਹਿਣ, ਸਾਡਾ ਤਾਂ ਕਿ ਸਾਡਾ ਇਤਿਹਾਸ ਆ, ਸਾਡਾ ਸਿੱਖ ਕੌਮ ਆ, ਸਾਡਾ ਪਿਛੋਕੜ ਆ, ਉਹ ਜਿੰਦਾ ਰਹਿ ਸਕੇ। Daily Post, Punjab, Haryana, Himachal, Journalism of Hope.